ਉਹ ਸਾਡੇ ਜੀ ਦੋ ਫਰੈਂਡ ਕੈਨੇਡਾ ਰਹਿੰਦੇ ਆ ਇੱਕ ਜਸਵੀਰ ਸਿੰਘ ਕਲੇਰ ਤੇ ਲਖਵਿੰਦਰ ਸਿੰਘ ਬੜੈਚੀ ਸੀ ਪਿੰਡ ਦੇ ਆ ਬਸੀ ਉਹਨਾਂ ਦਾ ਸਵੇਰ ਨੂੰ ਫੋਨ ਆਇਆ ਸੀ ਇਹ ਮਨਜਿੰਦਰ ਸਿੰਘ ਉਹਨਾਂ ਨੂੰ ਵੀ ਸਾਡੀ ਸਲਾਹ ਬਣਦੀ ਆ ਵੀ ਜੀ ਆਪਾਂ ਉਸ ਸੰਘਰਸ਼ ਦੇ ਵਿੱਚ ਆਪਣੇ ਪਿੰਡ ਵੱਲੋਂ ਪਿੰਨੀਆਂ ਬਣਾ ਕੇ ਭੇਜੀਏ ਕਿਉਂਕਿ ਪਿੰਨੀਆਂ ਇੱਕ ਵਧੀਆ ਖੁਰਾਕ ਹੋ ਜਾਂਦੀ ਐ ਕਿ ਪੰਜਾਬੀਆਂ ਨੂੰ ਉਦਾਂ ਵੀ ਬਹੁਤ ਪਸੰਦ ਆ ਇਹ ਚੀਜ਼ਾਂ ਤੇ ਇੱਕ ਇੱਕ ਵਾਰ ਪਿੰਨੀ ਖਾਦੀ ਹੋਵੇ ਤਾਂ ਦਿਹਾੜੀ ਲੰਘ ਜਾਂਦੀ ਆ ਵਧੀਆ ਤੇ ਕਈ ਵਾਰ ਲੋਕਾਂ ਨੂੰ ਉੱਥੇ ਰੋਟੀ ਟਾਈਮ ਨਾ ਨਹੀਂ ਮਿਲਦੀ ਤਾਂ ਪਿੰਨੀਆਂ ਖਾ ਕੇ ਬੰਦਾ ਦਿਹਾੜੀ ਆਪਣੀ ਕੱਢ ਲੈਂਦਾ ਇਹ ਉਹਨਾਂ ਦੋਨਾਂ ਦਾ ਆਈਡੀਆ ਸੀਗਾ ਉਹਨਾਂ ਨੇ ਸਾਨੂੰ ਫੋਨ ਕੀਤਾ ਫਿਰ ਅਸੀਂ ਸਵੇਰ ਨੂੰ ਸਾਰਿਆਂ ਨੇ ਆ ਮੈਂਬਰਾਂ ਨੇ ਇੱਕ ਮੀਟਿੰਗ ਬੁਲਾਈ ਆਪਣੀ ਤੇ 8:00 ਵਜੇ ਅਸੀਂ ਹਲਵਾਈ ਨੂੰ ਬੁਲਾ ਕੇ ਉਹਨਾਂ ਕੰਟੈਕਟ ਕੀਤਾ ਤੇ ਸ਼ਾਮ ਨੂੰ ਅਸੀਂ ਉਹ ਸ਼ੁਰੂ ਕਰਕੇ ਪੂਰੀ ਰਾਤ ਲਾ ਕੇ ਦੂਜੇ ਦਿਨ ਪਿੰਨੀਆਂ ਸਾਰੀਆਂ ਬੱਟ ਕੇ ਤਾਂ 10:00 ਟਾਂ ਦੇ ਕਰੀਬ ਅਸੀਂ ਪਿੰਨੀਆਂ ਤਿਆਰ ਕਰਕੇ 24 ਘੰਟਿਆਂ ਦੇ ਵਿੱਚ ਤਾਂ ਅਸੀਂ ਦਿੱਲੀ ਨੂੰ ਟਰਾਲੀ ਰਵਾਨਾ ਕੀਤੀ ਕਿੰਨੇ ਬੰਦੇ ਲੱਗੇ ਜੀ ਇਹਨੂੰ ਤੇ ਕਿੰਨੇ ਦੇ ਲੱਗੇ ਕਿੰਨਾ ਟਾਈਮ ਲੱਗਾ ਇਹ ਤਕਰੀਬਨ 12 ਤਾਂ ਹਲਵਾਈਆਂ ਦੇ ਮੈਂਬਰ ਸੀਗੇ ਜੀ ਬਾਕੀ ਸਾਡੇ ਪਿੰਡ ਦੀਆਂ ਬੀਬੀਆਂ ਬਹੁਤ ਆ ਗਈਆਂ ਸੀਗੀਆਂ ਪਿੰਨੀਆਂ ਬਟਣ ਲਈ ਸੇਵਾ ਕਰਨ ਲਈ ਤਾਂ तकरीबन 50 ਤੋਂ 100 ਬੰਦੇ ਇੱਥੇ ਇਕੱਠਾ ਹੋਈ ਗਿਆ ਸੀਗਾ ਹਾਂਜੀ ਕਿਤੇ ਇਹ ਆਪ ਤੁਸੀਂ ਵੰਡੀਆਂ ਜਾ ਕੇ ਜੀ ਉੱਥੇ ਜਾ ਇੱਥੋਂ ਭੇਜੀਆਂ ਕਿੱਦਾਂ ਇਹ ਤੋਂ ਪਹਿਲਾਂ ਟਰਾਲੀ ਦੇ ਵਿੱਚ ਸਾਡਾ ਸਾਡੇ ਨੌਜਵਾਨ ਆ ਮੁੰਡੇ 12 13 ਉਹਨਾਂ ਨੂੰ ਭੇਜਿਆ ਸੀਗਾ ਉਹ ਗਏ ਉੱਥੇ ਟਰਾਲੀ ਲੈ ਕੇ ਪਹੁੰਚੇ ਕੁਝ ਉਹਨਾਂ ਨੇ ਆਪਣੇ ਤੌਰ ਤੇ ਵੰਡੀਆਂ ਫਿਰ ਸਾਡੀ ਇਹ ਟੀਮ ਦੇ ਮੈਂਬਰ ਕੱਲ 4 ਗਏ ਸੀ ਆ ਗੱਡੀ ਦੇ ਵਿੱਚ ਮਗਰ ਇਹ ਫੇਰ ਉੱਥੋਂ ਜਾ ਕੇ ਛੋਟੀਆਂ ਗੱਡੀਆਂ ਰਾਹੀਂ ਅੱਗੇ ਲੈ ਕੇ ਗਏ ਪੂਰੇ ਬਾਰਡਰ ਤੱਕ ਜਿੱਥੇ-ਜਿੱਥੇ ਵੀ ਆਪਣੇ ਕਿਸਾਨ ਬੈਠੇ ਆ ਵੀ ਆਪਣੇ ਹੱਥੀ ਵੰਡ ਕੇ ਆਏ ਆ ਉੱਥੇ ਜਾ ਕੇ ਇਹ ਆਈਦਾ ਕਿਥੋਂ ਉਹਨਾਂ ਨੂੰ ਜਿਹੜਾ ਆ ਬਸ ਸੰਘਰਸ਼ ਹੁਣ ਜਿਹੜਾ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ ਤਾਂ ਕਿਸਾਨਾਂ ਦਾ ਤਾਂ ਆਪਾਂ ਨਹੀਂ ਕਹਿ ਸਕਦੇ ਇਸ ਵੇਲੇ ਤਾਂ ਉਹ ਪੂਰੇ ਸਮਝ ਲਓ ਵੀ ਭਾਰਤ ਦਾ ਹੀ ਸੰਘਰਸ਼ ਆ ਤੇ ਉਹਦੇ ਵਿੱਚ ਬਾਹਰਲੇ ਇਹ ਦੇਸ਼ਾਂ ਦੇ ਜਿਹੜੇ ਆਪਣੇ ਐਨ ਆਰ ਆਈ ਗਏ ਆ ਉਹ ਵੀ ਪੂਰਾ ਯੋਗਦਾਨ ਪਾਉਂਦੇ ਆ ਇਹ ਹੁਣ ਹਰ ਇੱਕ ਬੰਦਾ ਕੁਝ ਨਾ ਕੁਝ ਤਾਂ ਸੋਚਦਾ ਹੀ ਆ ਵੀ ਮੈਂ ਇਸ ਸੰਘਰਸ਼ ਦੇ ਵਿੱਚ ਕਿਹੜੇ ਤਰੀਕੇ ਨਾਲ ਆਪਣਾ ਹਿੱਸਾ ਪਾਵਾਂ ਤੇ ਇਸ ਕਰਕੇ ਉਹਨਾਂ ਨੇ ਸੋਚਿਆ ਵੀ ਇਹ ਇੱਕ ਵਧੀਆ ਚੀਜ਼ ਆ ਵੀ ਜਿਹਦੇ ਨਾਲ ਚਲੋ ਇੱਕ ਤਾਂ ਖੁਰਾਕ ਦੀ ਜ਼ਰੂਰਤ ਪੂਰੀ ਹੁੰਦੀ ਆ ਤਾਕਤ ਵਾਲੀ ਚੀਜ਼ ਆ ਠੰਡ ਦੇ ਮੌਸਮ ਦੇ ਵਿੱਚ ਉਦਾਂ ਵੀ ਪੰਜਾਬੀ ਆ ਜਿਹੜੇ ਪਿੰਨੀਆਂ ਖਾਣ ਦੇ ਸ਼ਕੀਨ ਆ ਤਾਂ ਉਹਨਾਂ ਨੇ ਇਸ ਕਰਕੇ ਆਈਡੀਆ ਉਹਨਾਂ ਦੇ ਦਿਮਾਗ 'ਚ ਕਿਉਂਕਿ ਹਰ ਪੰਜਾਬੀ ਦੇ ਘਰ ਪਿੰਨੀਆਂ ਬਣਦੀਆਂ ਬਣਦੀਆਂ ਸਾਲ ਨੂੰ ਤਾਂ ਉਹਨਾਂ ਨੇ ਸੋਚਿਆ ਵੀ ਚੱਲ ਕੋਈ ਗੱਲ ਨਹੀਂ ਜੇ ਖਰਚਾ ਵੱਧ ਵੀ ਹੋ ਜਾਵੇ ਆਪਾਂ ਇਹ ਚੀਜ਼ ਤਿਆਰ ਕਰਕੇ ਤਾਂ ਉੱਥੇ ਭੇਜੀਏ ਸੰਘਰਸ਼ ਦੇ ਵਿੱਚ ਇਹ ਖਰਚਾ ਕੀਤਾ ਗਿਆ ਜੀ ਇਹ ਦੋ ਭਰਾਵਾਂ ਵੱਲੋਂ ਜਾਂ ਪੂਰੇ ਪਿੰਡੋਂ ਲੋਆਂ ਜਾਂ ਕਲੱਬ ਵੱਲੋਂ ਹੱਟ ਕੀਤਾ ਗਿਆ ਇਹ ਤਕਰੀਬਨ ਇਹ ਖਰਚਾ ਹਜੇ ਉਹਨਾਂ ਦੋਨਾਂ ਵੱਲੋਂ ਹੀ ਆ ਜ਼ਿਆਦਾ ਵਿੱਚ ਥੋੜਾ ਥੋੜਾ ਯੋਗਦਾਨ ਸਾਨੂੰ 4-5 ਬੰਦਿਆਂ ਨੇ ਹੋਰ ਵੀ ਦਿੱਤਾ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਇਹ ਅੱਗੇ ਵੀ ਸ਼ਾਇਦ ਅਸੀਂ ਕੋਈ ਹੋਰ ਪ੍ਰੋਗਰਾਮ ਉਲੀਕੀਏ ਤਾਂ ਉਹਦੇ ਵਿੱਚ ਵੀ ਉਹ ਯੋਗਦਾਨ ਜਿਹੜੇ ਵੀ ਬੰਦੇ ਪਾਉਣਾ ਚਾਹਣਗੇ ਅਸੀਂ ਉਹਨਾਂ ਦਾ ਯੋਗਦਾਨ ਲਵਾਂਗੇ ਅਸੀਂ ਪਿੰਨਿਆਂ ਤੋਂ ਇਲਾਵਾ ਉੱਥੇ ਤਕਰੀਬਨ ਕਿਸਾਨੀ ਰੰਗ ਦੀਆਂ ਜਿਹੜੀਆਂ ਆ ਪੱਗਾਂ 50000 ਦੇ ਕਰੀਬ ਦੀਆਂ ਅਸੀਂ ਪੱਗਾਂ ਖਰੀਦ ਕੇ ਭੇਜੀਆਂ ਜੇ ਆਟੋਬੱਸ 10000 ਦੇ ਕਰੀਬ ਦੀ ਲੈ ਕੇ ਭੇਜੀ ਕਿਉਂਕਿ ਉੱਥੇ ਰਾਤ ਨੂੰ ਜਦੋਂ ਬਾਹਰ ਸੌਂਦੇ ਆ ਥੋੜਾ ਮੱਛਰ ਦੀ ਪਰੇਸ਼ਾਨੀ ਹੁੰਦੀ ਆ ਤਾਂ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਸੀ ਸਾਨੂੰ ਜੋ ਵੀ ਉੱਥੋਂ ਪਤਾ ਲੱਗਦਾ ਸੀਗਾ ਅਸੀਂ ਉਹਨਾਂ ਜਾ ਰਿਹਾ ਫਗਵਾੜਾ ਵਿੱਚ ਜਿਹੜੀ ਇੱਕ ਚੇਨ ਵਾਲਾ ਪ੍ਰੋਗਰਾਮ ਉਹ ਤੋਂ ਹੀ ਫਗਵਾੜਾ ਉਹ ਬਲੱਡ ਬੈਂਕ ਦੇ ਵਿੱਚ ਆਪਣੇ ਗੁਰਮੀਤ ਪੁਲਾਈ ਜੀ ਉਹਨਾਂ ਨੇ ਸਾਨੂੰ ਫੋਨ ਕਰਕੇ ਬੁਲਾਇਆ ਸੀਗਾ ਲਖਾਰੀ ਸਭਾ ਵਾਲੇ ਤੇ ਹੋਰ ਸੰਸਥਾਵਾਂ ਵਾਲੇ ਰਲ ਕੇ ਕੱਲ ਨੂੰ ਰੈਸਟ ਹਾਊਸ ਤੋਂ ਇੱਕ ਰੋਸ ਮਾਰਚ ਕੱਢ ਰਹੇ ਆ ਚੇਨ ਸਿਸਟਮ ਬਣਾ ਕੇ ਅਸੀਂ ਫਗਵਾੜੇ ਉੱਤੇ ਪੁਲ ਤੱਕ ਉਹ ਚੇਨ ਆ ਜਿਹੜੀ ਲੈ ਕੇ ਜਾਵਾਂਗੇ ਉੱਪਰ ਪੁਲ ਦੇ ਉੱਤੇ ਅਸੀਂ ਬੈਨਰ ਲੈ ਕੇ ਸ਼ਾਂਤੀਪੂਰਵਕ ਉਹ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ ਉਹਦੇ ਵਿੱਚ ਬੀਬੀਆਂ ਵੀ ਅਸੀਂ ਸਾਡੇ ਵੱਲੋਂ ਤਾਂ ਅਪੀਲ ਹੈ ਜੀ ਵੱਧ ਤੋਂ ਵੱਧ ਜਿੰਨੇ ਵੀ ਪਿੰਡਾਂ ਦੇ ਲੋਕ ਸ਼ਹਿਰ ਦੇ ਲੋਕ ਕਿਉਂਕਿ ਹਰ ਵਰਗ ਦਾ ਸੰਘਰਸ਼ ਆ ਜੀ ਇਹ ਇਹ ਕੱਲੇ ਕਿਸਾਨਾਂ ਦਾ ਨਹੀਂ ਹੈਗਾ ਕਿਸਾਨੀ ਦੇ ਨਾਲ ਹੀ ਪੂਰਾ ਦੇਸ਼ ਚੱਲਦਾ ਆ ਜਦ ਕਿਸਾਨ ਮੰਦੇ ਦੇ ਵਿੱਚ ਆ ਤਾਂ ਸਮਝ ਲਓ ਸਾਰੇ ਕਾਰੋਬਾਰ ਮੰਦੇ ਆ ਇਸ ਕਰਕੇ ਸਾਰਿਆਂ ਨੂੰ ਹੀ ਇਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਐਨ ਆਰ ਆਈ ਭਰਾਵਾਂ ਦਾ ਵੀ ਵੱਡਾ ਬਹੁਤ ਬਹੁਤ ਹੰਗਾਰਾ ਆ ਜੀ ਐਨ ਆਰ ਆਈ ਭਰਾਵਾਂ ਦੇ ਸਿਰ ਤੇ ਜਿਆਦਾ ਕੰਮ ਚੱਲਦਾ ਕਿਉਂਕਿ ਵੱਡੇ ਖਰਚੇ ਆ ਉਹ ਐਨ ਆਰ ਆਈ ਭਾਈ ਚੱਕ ਸਕਦੇ ਆ ਆਪਾਂ ਇਥੇ ਛੋਟੇ-ਮੋਟੇ ਕੰਮ ਤਾਂ ਜ਼ਰੂਰ ਕਰੀਦੇ ਆ ਅਸੀਂ ਡਟ ਕੇ ਉਹਨਾਂ ਦਾ ਸਾਥ ਦੇਣ ਨੂੰ ਤਿਆਰ ਆਂ ਥੋੜੇ-ਥੋੜੇ ਖਰਚੇ ਤਾਂ ਅਸੀਂ ਆਪਣੇ ਤੌਰ ਤੇ ਵੀ ਕਰਦੇ ਆਂ ਪਰ ਜਿਹੜੇ ਵੱਡੇ ਖਰਚੇ ਆ ਉਹ ਉਹੀ ਚੱਕ ਸਕਦੇ ਆ ਤੇ ਉਹਨਾਂ ਦਾ ਬੜਾ ਸਾਥ ਆ ਜੀ ਹੋਰ ਕਿੱਦਾਂ ਦੀ ਉਹਨਾਂ ਨੂੰ ਮਦਦ ਦੀ ਗੱਲ ਕਹੀ ਗਈ ਆ ਬਾਹਰ ਜਿਹੜੇ ਐਨਆਰਆਈ ਘਟ ਉਹ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਆ ਜੀ ਕੱਲ ਨੂੰ ਅਸੀਂ ਜੇ ਕੋਈ ਹੋਰ ਚੀਜ਼ ਲੀਕਦੇ ਆ ਸਾਡੀ ਸਲਾਹ ਚੱਲਦੀ ਆ ਅੱਜ ਵੀ ਮੀਟਿੰਗ ਆ ਸੀ ਵੀ ਅੱਗੇ ਵਾਸਤੇ ਹੋਰ ਕੀ ਭੇਜ ਸਕਦੇ ਆ ਆਪਣੇ ਵੱਲੋਂ ਤਿਆਰ ਕਰਕੇ ਉਹ ਮੀਟਿੰਗ 'ਚ ਜੋ ਵੀ ਸਾਡਾ ਫੈਸਲਾ ਆਊਗਾ ਅਸੀਂ ਉਹਨਾਂ ਨੂੰ ਦੱਸਾਂਗੇ ਉਹਦੇ ਵਿੱਚ ਵੀ ਉਹ ਵੱਧ ਚੜ ਕੇ ਹਿੱਸਾ ਪਾਉਣਗੇ ਜੀ ਸਾਨੂੰ ਯਕੀਨ ਹੈ ਤੁਸੀਂ ਜਾ ਕੇ ਆਏ ਆ ਖੁਦ ਉੱਥੇ ਆਪ ਆਪਣੇ ਹੱਥੀਂ ਨੇ ਪਿੰਡਿਆਂ ਵੱਲ ਗਏ ਕਿੰਦਾ ਦਾ ਉੱਥੇ ਦਾ ਮਾਹੌਲ ਦੇਖ ਕੇ ਕਿੰਦਾ ਦਾ ਨੂੰ ਉੱਥੇ ਲੱਗਾ ਜੀ ਉੱਥੇ ਜੀ ਇੱਕ ਮੇਲੇ ਵਰਗਾ ਮਾਹੌਲ ਆ ਜੀ ਜਿਹੜਾ ਵੀ ਬੰਦਾ ਇੱਥੋਂ ਗਿਆ ਆ ਸਮਝ ਲਓ ਸੰਘਰਸ਼ ਦੇ ਵਿੱਚ ਐ ਪੂਰੇ ਜੋਸ਼ ਦੇ ਨਾਲ ਸ਼ਾਮਲ ਹੋਇਆ ਆ ਜੀ ਉਤੋਂ ਆਉਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਜੀ ਉਹ ਹਰ ਇੱਕ ਦਾ ਇੱਕੋ ਹੀ ਨਾਰਾ ਆ ਵੀ ਜੰਗ ਜਿੱਤ ਕੇ ਹੀ ਵਾਪਸ ਮੋੜਨਾ ਆ ਜੀ ਪੰਜ ਤਰੀਕ ਦੀ ਮੀਟਿੰਗ ਆ ਜੀ ਚਾਰ ਮੀਟਿੰਗਾਂ ਹੋ ਗਈਆਂ ਕੋਈ ਹੰਗਾਰਾ ਸੈਂਟਰਲੋਂ ਨਹੀਂ ਮਿਲ ਰਿਹਾ ਕੱਲ ਦੀ ਮੀਟਿੰਗ ਫੇਰਿਆ ਲੱਗਦਾ ਹੈ ਜੀ ਕੋਈ ਲੱਗੋਈ ਗੱਲ ਸਿਰੇ ਦੇ ਦੇਖੋ ਜੀ ਅਸੀਂ ਤਾਂ ਇਹ ਚਾਹੁੰਦੇ ਆ ਵੀ ਸਰਕਾਰ ਆ ਜਿਹੜੀ ਜਿਹੜੀ ਉਹਦੇ ਕੋਲ ਗਲਤੀ ਹੋ ਗਈ ਆ ਉਹ ਆਪਣੇ ਆਪ ਮੰਨ ਲਵੇ ਤੇ ਉਤੋਂ ਵਾਪਸ ਮੁੜ ਜਵੇ ਕਿਉਂਕਿ ਗਲਤੀ ਹਰ ਬੰਦਾ ਕਰ ਸਕਦਾ ਕੋਈ ਇਹ ਵੱਡੀ ਗੱਲ ਨਹੀਂ ਹੈ ਗਲਤੀ ਹੋ ਗਈ ਆ ਉਹਨੂੰ ਮੰਨ ਲੈਣਾ ਚਾਹੀਦਾ ਵੀ ਇਹ ਸਾਡੀ ਗਲਤੀ ਆ ਜੇ ਉਹ ਗਲਤੀ ਨੂੰ ਮੰਨ ਲੈਂਦੇ ਆ ਇਹ ਬਿੱਲ ਆਪਣੇ ਵਾਪਸ ਲੈ ਲੈਂਦੇ ਆ ਤੇ ਸਾਰੇ ਦੇਸ਼ ਵਿੱਚ ਸ਼ਾਂਤੀ ਹੋ ਜਾਣੀ ਆ ਹਰ ਇੱਕ ਬੰਦਾ ਇਹੀ ਚਾਹੁੰਦਾ ਆ ਵੀ ਸਾਰੇ ਆਪਣੇ ਘਰਾਂ 'ਚ ਚੈਨ ਨਾਲ ਸੌਣ ਸੜਕਾਂ 'ਤੇ ਕੌਣ ਸੌਣਾ ਚਾਹੁੰਦਾ ਜੀ